ਜਦੋਂ ਆਪਾਂ ਬੱਚਾ ਆਪਣਾ ਭਰਤੀ ਕਰਦੇ ਹਨ ਤੇ ਐਜੇ ਏਐਸਆਈ ਸਬ-ਇੰਸਪੈਕਟਰ ਜਾਂ ਐਜੇ ਉੱਚੀ ਪੋਸਟ ਤੇ ਕਰਨਾ ਜਿਸ ਅਸੀਂ ਗ੍ਰੈਜੂਏਸ਼ਨ ਮੰਗਦੇ ਆ। ਇਹ ਚਿਰ ਤੱਕ ਗ੍ਰੈਜੂਏਸ਼ਨ ਮੰਗ ਲਈ ਕਿਉਂ ਜੀ ਮੈਂ ਬੱਚੇ ਨੂੰ ਕਿਉਂ ਉਹਨਾਂ ਨੇ ਪਬਲਿਕ ਡੀਲਿੰਗ ਕਰਨੀ। ਤੇ ਦੂਸਰੇ ਪਾਸੇ ਜਦੋਂ ਕਾਉਂਸਲਰ ਜਾਂ ਐਮਐਲਏ ਜਾਂ ਐਮਪੀ ਆਪਾਂ ਉੱਥੇ ਕੁਆਲੀਫਿਕੇਸ਼ਨ ਨਹੀਂ ਮੰਗਦੇ ਉਹਦੀ ਵੀ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਜੀ ਵੀ ਇੱਥੇ ਵੀ ਗ੍ਰੈਜੂਏਸ਼ਨ ਹੋਣਾ ਚਾਹੀਦਾ ਅੱਜ ਦੇ ਟਾਈਮ 'ਚ ਕੀ ਹੈ ਜੀ ਮੇਰੇ ਬ੍ਰਦਰ ਜੇ ਤਾਂ ਉਹ ਛੋਟਾ ਜਿਹਾ ਕੰਮ ਕਰਦਾ ਮੈਂ ਕਦੇ ਜਿਗਰ ਨਹੀਂ ਕਰੂੰਗਾ ਵੀ ਮੇਰਾ ਛੋਟਾ ਬ੍ਰਦਰ ਜੀ ਆ ਕੰਮ ਕਰਦਾ ਅਗਰ ਮੇਰਾ ਬ੍ਰਦਰ ਡੀਐਸਪੀ ਲੱਗਾ ਹੋਇਆ ਮੈਂ ਦੁਨੀਆ ਨੂੰ ਢੰਡੋਰੀ ਪਟੂੰਗਾ ਜੀ ਮੇਰਾ ਬ੍ਰਦਰ ਪੰਜਾਬ ਦੇ ਕਹਿੰਦੇ ਲੋਕਾਂ ਦੇ ਖੂਨ ਨੂੰ ਹੀ ਚੈ ਚਿਸਦਾ ਉਹ ਉਹਦਾ ਨਾਮ ਲਵਾਂਗੇ ਹਰ ਇੱਕ ਜਗ੍ਹਾ ਉਹਦਾ ਨਾਮ ਲਵਾਂਗੇ ਕਿਉਂਕਿ ਮੈਂ ਆਪਣੀ ਪਾਵਰ ਦਿਖਾਣੀ ਚਾਹੁੰਦਾ ਵੀ ਮੇਰੀ ਪਾਵਰ ਹੈ ਜੇ ਕਿਤੇ ਕੋਈ ਗੱਲ ਹੁੰਦੀ ਹੈ ਮੈਂ ਤੈਨੂੰ ਦੇਖ ਲੂੰਗਾ ਚਲੋ ਸਰਕਾਰਾਂ ਨੇ ਕਹਿੰਦੇ ਆ ਵੀ 1000 ਰੁਪਿਆ ਦੇ ਦਿਓ ਠੀਕ ਹੈ ਜੀ ਫਿਰ ਕਿਤੇ ਕਿਸੇ ਨੇ ਉਹ ਕਹਿੰਦਾ 2000 ਰੁਪਿਆ ਦੇ ਦਿਓ ਵੀ ਸਾਡੀ ਜਿਹੜੀ ਨਾਰੀ ਪੰਜਾਬ ਉਹ ਇੰਨੀ ਅਬਲਾ ਤਾਂ ਨਹੀਂ ਆ ਵੀ 2000 ਰੁਪਏ 2 ਰੁਪਏ 2000 ਰੁਪਏ ਦੇ ਨਾਲ ਵੀ ਉਹਦਾ ਤਕਰੀਬਨ ਮਹੀਨਾ ਚੱਲੂਗਾ ਜੀ ਨਹੀਂ ਚੱਲਦਾ ਆਪਾਂ ਇਹ ਜੀ ਕਿਉਂ ਖਰੀਦ ਆਪਾਂ ਇਹ ਜਿਹੇ ਸਿਸਟਮ ਦਿਓ ਜਿਹਦੇ ਨਾਲ ਉਹਦਾ ਰੋਜ਼ਗਾਰ ਉਹਨੂੰ ਰੋਜ਼ਗਾਰ ਮਿਲੇ ਉਹ 25000 30000 ਰੁਪਏ ਮਹੀਨਾ ਕਮਾਵੇ ਕਾਉਂਸਲਰ ਬਣ ਕੇ ਤੁਸੀਂ ਆਪਣੇ ਏਰੀਆ ਚ ਘੁੰਮੋ ਮਾਰਨਿੰਗ ਟਾਈਮ ਸਵੇਰੇ ਮਾਰਨਿੰਗ ਟਾਈਮ ਜਲਦੀ ਉਠੋ 5 ਵਜੇ 4 ਵਜੇ ਉਠੋ 4:30 ਵਜੇ ਉਠੋ 5 ਵਜੇ ਤੁਸੀਂ ਆਪਣੇ ਏਰੀਆ 'ਚ ਘੁੰਮੋ ਸਾਈਕਲ ਲੈ ਲਓ ਨਾਲੇ ਤਾਂ ਤੁਹਾਡੀ ਜੋਗਿੰਗ ਹੋ ਗਈ ਨਾਲੇ ਤੁਹਾਡਾ ਸਿਸਟਮ ਤੁਹਾਨੂੰ ਪਤਾ ਲੱਗੇ ਵੀ ਤੁਹਾਡੇ ਏਰੀਆ ਦੇ ਵਿੱਚ ਕੀ ਕੀ ਹੋ ਰਿਹਾ ਜੀ ਹਰ ਇੱਕ ਪਾਰਟੀ ਦਾ ਬੰਦਾ ਹਰ ਇੱਕ ਪਾਰਟੀ ਇਹਨੂੰ ਆਪਣੇ ਆਪ ਨੂੰ ਨੋਨਸ ਕਰਨ ਲੱਗਿਆ ਹੋਇਆ ਮੈਂ ਸੋਨੇ ਦਾ ਮੈਂ ਦੁੱਧ ਦਾ ਤੋਤਾ ਹਾਂ ਠੀਕ ਹੈ ਜੀ ਤੇ ਉਹ ਤਾਂ ਪਤਾ ਬਾਅਦ 'ਚ ਹੀ ਲੱਗਦਾ ਜੀ ਵੀ ਕੌਣ ਸਰਕਾਰਾਂ ਨੂੰ ਉਹ ਮੈਨੀਫੈਸਟੋ ਬਣਾਉਣਾ ਚਾਹੀਦਾ ਜਿਹਦੇ ਵਿੱਚ ਸਾਡੀ ਹਿੱਤ ਜਾ ਸਾਡੇ ਹੁਣ ਕਹਿ ਦਿੰਦੇ ਆ ਪਰ ਮੈਨੂੰ ਨਹੀਂ ਨਜ਼ਰ ਕਿਤੇ ਉਹ ਮੈਨੀਫੈਸਟੋ ਜਿੱਤਣ ਤੋਂ ਬਾਅਦ ਨਹੀਂ ਦਿਖਦਾ ਕਿਤੇ ਹਾਂ ਇਹ ਨਹੀਂ ਜਿੱਤਦਾ ਬਸ ਫਿਰ ਆਪਣਾ ਹੀ ਦੇਖਦਾ ਵੀ ਮੈਂ ਐਮਐਲਏ ਆ ਮੈਂ ਕਾਉਂਸਲਰ ਆ ਤੇ ਮੈਂ ਐਮਪੀ ਆ ਠੀਕ ਹੈ ਜੀ ਮੇਰੇ ਕੋ ਪੰਜ ਚਾਰ ਗਨਮੈਨ ਹੋ ਗਏ ਮੇਰੀ ਚੜਾਈ ਹੋ ਗਈ ਬਸ ਇਹ ਚੀਜ਼ ਤੇ ਰਹਿ ਜਾਂਦਾ ਕੰਮ ਇਹ ਜਿਆ ਕਰ ਜੋ ਸਿਰਫ ਥੋੜੇ ਜੋ ਇੰਨਾ ਕੀ ਪਤਾ ਹੋਵੇ ਵੀ ਥੋੜੇ ਏਰੀਆ ਚ ਆਣਾ ਵਾ ਤੇ ਲੋਕੀ ਥੋੜ ਨੂੰ ਦੇਖਣ ਲਈ ਤਰਸ ਜਾਣ ਵੀ ਹਾਂ ਬਈ ਯਾਰ ਉਹਨੂੰ ਬੰਦੇ ਨੂੰ ਪਾ ਦਿਓ ਉਹ ਬੰਦੇ ਰੋਟਾ ਕੋਈ ਸਾਡੇ ਤੋਂ ਗਿਆ ਇੱਕ ਦਿੱਲੀ ਮੇਰੀ ਇਹੀ ਆ ਵੀ ਜੇ ਪਰਮਾਤਮਾ ਵੀ ਸਾਨੂੰ ਐਜੇ ਕਾਉਂਸਲਰ ਟਰਾਈ ਕਰਾਂਗੇ ਜਰੂਰ ਕਰਾਂਗੇ ਵੀ ਇਹਦੇ ਵਿੱਚ ਹੈ ਵੀ ਕਾਉਂਸਲਰ ਜੇ ਬਾਈ ਦੀ ਇਹ ਜੀ ਹੋ ਗਈ ਤੇ ਜਿਹੜੀ ਗੱਲਾਂ ਕਹੀਆਂ ਤੁਹਾਨੂੰ ਇਹ ਤੇ 100% ਖਰੇ ਉਤਰਾਂਗੇ ਇਹ ਨਹੀਂ ਹੋਗਾ ਵੀ ਪਨੋਟ ਰਾਤ ਨੂੰ ਜਿਹੜੀ ਗੱਲ ਕੀਤੀ ਵੀ ਜੇ ਸਵੇਰੇ 4 8 ਵਜੇ ਗਰੇਗੇ ਤੇ ਪਨੋਟ ਜਾਈ ਲੈ ਕੇ ਸੁੱਤਾ ਹੈ ਨਾ ਸਸ਼ੀ ਗਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼ ਮੈਂ ਤੁਹਾਡੇ ਨਾਲ ਖੁਸ਼ਪੂ ਸ਼ਰਮਾ ਦੋਸਤੋ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਤੇ ਜਿੱਥੇ ਵੀ ਅਸੀਂ ਅੱਜ ਕੱਲ ਬੈਠ ਰਹੇ ਹਾਂ ਨਾ ਉੱਥੇ ਸਿਰਫ ਆਹੀ ਗੱਲਾਂ ਕਰ ਰਹੇ ਨੇ ਕਿ ਕਿਹਨੂੰ ਵੋਟ ਪਾਣੀ ਹੈ ਕਿ ਲੱਗਦਾ ਕਿ ਕੌਣ ਜਿੱਤੇਗਾ ਪਰ ਇਸ ਤੋਂ ਜ਼ਿਆਦਾ ਇੰਪੋਰਟੈਂਟ ਆ ਗੱਲ ਕਰਨੀ ਹੈ ਕਿ ਇਸ ਵਾਰ ਜੇ ਕੱਟੜ ਜਿਹੜੇ ਲੋਗ ਕੱਟੜ ਨੇ ਉਹ ਤਾਂ ਕਈ ਤਾਂ ਕਹਿੰਦੇ ਨੇ ਕਿ ਜੀ ਅਸੀਂ ਸ਼ੁਰੂ ਤੋਂ ਇਸ ਪਾਰਟੀ ਨੂੰ ਵੋਟ ਪਾਉਂਦੇ ਆ ਰਹੇ ਤਾਂ ਇਹਨਾਂ ਨੂੰ ਹੀ ਪਾਣੀ ਆ ਪਰ ਕੁਝ ਵੀ ਬਦਲਾਅ ਜਿਹੜੇ ਨੇ ਉਹ ਨਹੀਂ ਚਾਹੁੰਦੇ ਨੇ ਪਰ ਮੈਂ ਇੱਕ ਗੱਲ ਕਰਨਾ ਚਾਹਨੀ ਆ ਕਿ ਲੋਕ ਜਦ ਕਿਸੇ ਵੀ ਬੈਠ ਕੇ ਵਿਚਰਦੇ ਨੇ ਪਰ ਇੱਕ ਜਿੱਥੇ ਸਮਾਜ ਸੇਵੀ ਹੁੰਦੇ ਨੇ ਨਾ ਉਹ ਕਹਿੰਦੇ ਉੱਥੇ ਵੀ ਪਹੁੰਚ ਜਾਂਦੇ ਜਿੱਥੇ ਸਰਕਾਰਾਂ ਨਹੀਂ ਪਹੁੰਚ ਸਕਦੀਆਂ ਤੇ ਉਹਨਾਂ ਨਾਲ ਗੱਲਬਾਤ ਜੀ ਕੀਤੀ ਜਾਵੇ ਕਿ ਆਖਿਰ ਦੇ ਵਿੱਚ ਉਹਨਾਂ ਨੇ ਕੀ ਚੀਜ਼ਾਂ ਮਹਿਸੂਸ ਕੀਤੀਆਂ ਨੇ ਸਮਾਜ ਦੇ ਬਾਰੇ ਕਿੱਦਾਂ ਦੇ ਲੋਕਾਂ ਨੂੰ ਮਿਲੇ ਨੇ ਕੀ ਚਾਹੁੰਦੇ ਨੇ ਕਿ ਸਰਕਾਰ ਦੇ ਵਿੱਚ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਪਾਰਟੀ ਵਾਲਿਆਂ ਨੂੰ ਕੀ ਸੋਚ ਸਮਝ ਕੇ ਅੱਗੇ ਵਧਣਾ ਚਾਹੀਦਾ ਹੈ ਤਾਂ ਕਿ ਲੋਕ ਜਿਹੜੇ ਨੇ ਆਪਣੇ ਆਪ ਉਹਨਾਂ ਨੂੰ ਵੋਟਾਂ ਮੰਗਣ ਦੀ ਕਿਸੇ ਤੋਂ ਜ਼ਰੂਰਤ ਨਾ ਪਵੇ ਕਿ ਲੋਕ ਜਿਹੜੇ ਨੇ ਆਪਣੇ ਆਪ ਉਹਨਾਂ ਨੂੰ ਵੋਟਾਂ ਪਾਣ ਐਦਾਂ ਹੀ ਮੇਰੇ ਨਾਲ ਅੱਜ ਸਮਾਜ ਸੇਵੀ ਇੱਕ ਮੌਜੂਦ ਨੇ ਉਹਨਾਂ ਦਾ ਨਾਮ ਹੈ ਮੋਤੀ ਪਨੋਟ ਜੀ ਗੱਲਬਾਤ ਕਰਦੇ ਆਂ ਕਿ ਆਖਿਰ ਦੇ ਵਿੱਚ ਉਹ ਵੀ ਵਿਚਰਦੇ ਨੇ ਲੋਕਾਂ ਦੇ ਵਿੱਚ ਤੇ ਕੀ ਲੱਗਦਾ ਹੈ ਕਿ ਕੀ ਬਦਲਾਅ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪੰਜਾਬ న్యూਸ ਦੇ ਵਿੱਚ। ਵਾਸ਼ਕਾਰ ਜੀ ਹਰ ਹਰ ਮਹਾਦੇਵ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਾਡੇ ਕੋਲ ਆਉਣ ਤੇ ਨਿਗਾ ਸਵਾਗਤ ਹੈ ਜੀ। ਤੁਸੀਂ ਵੈਲਕਮ ਕਰਦੇ। ਸੇਤਾ ਕਿਵੇਂ ਨੇ? ਸੇਤਾ ਜੀ ਬਰਕਰਾਰ ਨੇ ਇਲੈਕਸ਼ਨ ਦਾ ਦੌਰ ਹੈ। ਤੇ ਬਹੁਤ ਮਜ਼ਾ ਵੀ ਬਹੁਤ ਆ ਰਿਹਾ ਕਿਉਂਕਿ ਅੱਜ ਦੇ ਟਾਈਮ 'ਚ ਹਰ ਇੱਕ ਕੈਂਡੀਡੇਟ ਆਪਣੀ ਛਵੀ ਬਹੁਤ ਵਧੀਆ ਦੱਸ ਰਿਹਾ। ਹੂੰ। ਤੁਹਾਨੂੰ ਕੀ ਲੱਗਦਾ ਤੁਸੀਂ ਸਮਾਜ ਸੇਵੀ ਹੋ ਮੈਂ ਜਿਵੇਂ ਪਹਿਲਾਂ ਕਿਹਾ ਕਿ ਵਿਚਰਦੇ ਹੋ ਲੋਕਾਂ ਦੇ ਵਿੱਚ ਕੀ ਲੱਗਦਾ ਕਿ ਚੰਗਾ ਕੈਂਡੀਡੇਟ ਕਿਵੇਂ ਦਾ ਹੋਣਾ ਚਾਹੀਦਾ ਹੈ ਤੇ ਲੋਕ ਕੀ ਮਹਿਸੂਸ ਕਰਦੇ ਨੇ ਉਹਨਾਂ ਪ੍ਰਤੀ ਚੰਗਾ ਕੈਂਡੀਡੇਟ ਮੈਨੂੰ ਜਿੱਥੇ ਤੱਕ ਮੇਰਾ ਆਪਣਾ ਐਕਸਪੀਰੀਅੰਸ ਹੈ ਜੀ ਅਜੇ ਮੈਂ ਬੈਡ ਫੋਰਸ ਵਿੱਚ ਰਿਹਾ ਠੀਕ ਹੈ ਇੱਕ ਡਿਸਪੀਸਪਲਨ ਤਕਰੀਬਨ ਡਿਸਪੀਸਪਲਨ ਤਾਂ ਹੋਣਾ ਜ਼ਰੂਰੀ ਹੈ ਵੀ ਮਾਰਨਿੰਗ ਟਾਈਮ ਜਲਦੀ ਉੱਠਣਾ ਫਿਰ ਉੱਠ ਕੇ ਆਪਣਾ ਵਰਕ ਕਰਨਾ ਪਰ ਜਦੋਂ ਮੈਂ ਹੁਣ ਇਸ ਟਾਈਮ ਮੈਂ 52 ਸਾਲ ਦਾ ਤੇ ਦੂਰ ਚ ਦੇਖਿਆ ਵੀ तकरीबन ਜਦੋਂ ਜਿੱਤਦੇ ਨੇ ਕੈਂਡੀਡੇਟ ਜਿੱਤਣ ਤੋਂ ਬਾਅਦ ਵੀ ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਚਲੇ ਜਾਂਦੇ ਆ ਜਾਂ ਕਿਸੇ ਨਾਲ ਕਿਉਂ ਨਹੀਂ ਬਿਸਰਦੇ ਮੈਂ ਆਪਣੇ ਐਜੇ ਐਕਸਪੀਰੀਅੰਸ ਦੇ ਹਿਸਾਬ ਨਾਲ ਕਹਿੰਨਾ ਵੀ ਪਹਿਲਾਂ ਤਾਂ ਸਰਕਾਰਾਂ ਨੂੰ ਕੋਈ ਵੀ ਚੀਜ਼ ਬਣਾਉਂਦੀ ਹੈ ਸਰਕਾਰ ਪੋਲਿਸੀ ਬਣਾਉਂਦੀ ਹੈ ਜੀ ਪੋਲਿਸੀ ਦੇ ਅਕੋਰਡਿੰਗ ਪੋਲਿਸੀ ਇਹ ਜੀ ਪੋਲਿਸੀ ਹੋਣੀ ਚਾਹੀਦੀ ਕਿਉਂ ਜਦੋਂ ਆਪਾਂ ਬੱਚਾ ਆਪਣਾ ਭਰਤੀ ਕਰਦੇ ਹਨ ਤੇ এজ এएसआई সাব ইন্সপেক্টর ਜਾਂ এজ এ উੱਚੇ পোস্ট ਤੇ ਕਰਨਾ ਤੇ ਅਸੀਂ ਗ੍ਰੈਜੂਏਸ਼ਨ ਮੰਗਦੇ ਆ ਇਹ ਚਾਹ ਪਕ ਗ੍ਰੈਜੂਏਸ਼ਨ ਮੰਗ ਲਈ ਕਿਉਂ ਜੀ ਮੈਂ ਬੱਚੇ ਨੂੰ ਕਿਉਂ ਉਹਨਾਂ ਨੇ ਪਬਲਿਕ ਡੀਲਿੰਗ ਕਰਨੀ ਆ ਤੇ ਦੂਸਰੇ ਪਾਸੇ ਜਦੋਂ ਕਾਉਂਸਲਰ ਜਾਂ ਐਮਐਲਏ ਜਾਂ ਐਮਪੀ ਆਪਾਂ ਉੱਥੇ ਕੁਆਲੀਫਿਕੇਸ਼ਨ ਨਹੀਂ ਮੰਗਦੇ ਉਹਦੀ ਵੀ ਤੁਹਾਡੀ ਕੁਆਲੀਫਿਕੇਸ਼ਨ ਕੀ ਆ ਜੀ ਵੀ ਇੱਥੇ ਵੀ ਗ੍ਰੈਜੂਏਸ਼ਨ ਹੋਣਾ ਚਾਹੀਦਾ ਜੇ ਕਿਸੇ ਕੋਲ ਅਸੀਂ ਕੋਈ ਆਪਣਾ ਲੈਟਰ ਜਾਂ ਆਪਣੀ ਸਮੱਸਿਆ ਇੰਗਲਿਸ਼ ਚ ਜਾਂ ਅਦਰ ਪਰਸਨ ਕਿਸੇ ਚੀਜ਼ ਚ ਲੈ ਜੀਏ ਮੈਨੂੰ ਆਪਣਾ ਮਤਲਬ ਕੀ ਪਾਬ ਚਾਹੀਦਾ ਵੀ ਉਹ ਪੜ੍ਹੇ ਲਿਖਿਆ ਹੋਵੇ ਸਾਡੀ ਲੈਟਰ ਦੇਖੇ ਸਾਨੂੰ ਉਹਦਾ ਜਵਾਬ ਦੇ ਦੇਵੇ ਵੀ ਹਾਂਜੀ ਵੀ ਇਹ ਚੀਜ਼ ਹੈ ਪਰ ਕਈ ਵਾਰ ਸਾਨੂੰ ਨਹੀਂ ਦੇਖਣ ਨੂੰ ਮਿਲਦਾ ਇਹ ਜੀ ਚੀਜ਼ ਵੀ ਅਸ ਜੀ ਚੀਜ਼ਾਂ ਨਹੀਂ ਹੁੰਦੀਆਂ ਉਹ ਅਗਲੇ ਲੈਟਰ ਲਿਖਦੇ ਆਪਣੇ ਪੀਏ ਨੂੰ ਕਹਿ ਦਿੰਦੇ ਪੀਏ ਸੋ ਆ ਲੋ ਅੱਛਾ ਤੇ ਹੁਣ ਜੇ ਪੀਏ ਆ ਪੀਏ ਪੜ੍ਹੇ ਲਿਖਿਆ ਜੀ ਤੇ ਉੱਥੇ ਥੋੜਾ ਜਿਹਾ ਸਾਨੂੰ ਆਪਣੇ ਆਪ ਨੂੰ ਵੀ ਲੈ ਸਹੀ ਸਮਾਜ ਦੇ ਵਿੱਚ ਬੈਠੇ ਪਤਾ ਨਹੀਂ ਕਿਹੜੀ ਜਗ੍ਹਾ ਤੇ ਆ ਫਿਰ ਗੱਲਾਂ ਤਾਂ ਅਸੀਂ ਜਦੋਂ ਕੋਈ ਗੱਲ ਕਰੀਏ ਜਿਹੜੇ ਸੀਐਮ ਨੇ ਉਹ ਤਾਂ ਕਿ ਹੁਣ ਪੀ ਐਚ ਡੀ ਮੈਂ ਕਹਿੰਨੀ ਆ ਕਿ ਬਹੁਤ ਕਹਿ ਸਕਦੇ ਕਿ ਜੇ ਮੇਰੀ ਜਿੰਨੀ ਕੁ ਮera ਮੈਨੂੰ ਲੱਗਦਾ ਕਿ ਪੀ ਐਚ ਡੀ ਤੋਂ ਉੱਪਰ ਜਿਹੜੀ ਸਟੱਡੀ ਆ ਕੋਈ ਹੋਣੀ ਸਾਦੀ ਤੇ ਆਪਣੇ ਸੀ ਐਮ ਜੀ ਵੀ ਜਿਹੜੇ ਨੇ ਚੰਨੀ ਸਾਹਿਬ ਜੀ ਉਹ ਵੀ ਪੜੇ ਲਿਖੇ ਨੇ ਤਾਂ ਉੱਥੇ ਮੈਂ ਕਿਸੇ ਵੀ ਪਾਰਟੀ ਨੂੰ ਟਾਰਗੇਟ ਨਹੀਂ ਕਰ ਰਹੀ ਪਰ ਉੱਥੇ ਮੈਂ ਕਹਿਣਾ ਚਾਹਾਂਗੀ ਉਹ ਵੀ ਪੜੇ ਲਿਖੇ ਨੇ ਲੋਕ ਪਰ ਕਹਿ ਸਕਦੇ ਆ ਉਹਨਾਂ ਬਾਰੇ ਵੀ ਗਲਤ ਮਹਿਸੂਸ ਕਰ ਰਹੇ ਨੇ ਕਾਂਗਰਸ ਦੇ ਵਿੱਚ ਤਾਂ ਪੂਰਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਹਿ ਸਕਦੇ ਆ ਪੰਜਾਬ ਵੱਲੋਂ ਉਸ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਇਹ ਪਤਾ ਇੱਕ ਚੀਜ਼ ਹੈ ਤੁਹਾਨੂੰ ਜਿਹੜੀ ਹੁਣ ਗੱਲ ਕਹਿਣਾ ਚ ਅਸੀਂ ਕੁਝ ਗੱਲਾਂ ਤੋਂ ਸ਼ੁਰੂ ਕਰੂੰਗਾ ਕਿਉਂ ਮੈਂ ਕਿਸੇ ਤੇ ਟਿੱਪਣੀ ਨਹੀਂ ਕਰੂੰਗਾ ਮੈਂ ਇੱਕ ਹਿੰਦੂਸਤਾਨਵਾਸੀ ਆ ਪਹਿਲੀ ਗੱਲ ਤਾਂ ਮੈਂ ਹੀ ਚੀਪ ਆ ਜੀ ਚੀਪ ਮੈਂ ਇਸ ਕਰਕੇ ਆ ਮੈਂ ਪੜਿਆ ਚਾਹੇ ਨਹੀਂ ਪੜਿਆ ਪਰ ਦੂਸਰੇ ਦਾ ਸੁੱਖ ਦੇਖ ਕੇ ਨਾ ਮੈਂ ਦੁਖੀ ਹੋਇਆ ਹਾਂ ਜੀ ਬਸ ਉਹ ਚੀਜ਼ ਮੈਨੂੰ ਨਹੀਂ ਮਿਲੀ ਸਭ ਨੂੰ ਮਿਲਦਾ ਆ ਹੁੰਦਾ ਵੀ ਉਹ ਚੀਜ਼ ਸਾਨੂੰ ਨਹੀਂ ਮਿਲੀ ਚੰਨੀ ਸਾਹਿਬ ਨੇ ਪੜਿਆ ਸਮਾਜ ਨੂੰ ਕੀਤਾ ਕੋਈ ਉਹਦੇ ਨਾਲ ਬਿਸਰੂਗਾ ਨਾ ਫੇਰ ਇਹੋ ਪਤਾ ਲੱਗਦਾ ਵੀ ਸਾਡੇ ਸੀਐਮ ਕਿੱਦਾਂ ਦੇ ਨੇ ਚਲੋ ਸੀਐਮ ਪ੍ਰਕਾਸ਼ ਸਿੰਘ ਬਾਦਲ ਜੀ ਆ ਸਾਰੇ ਆਪਣੇ ਆਪਣੇ ਜਗ੍ਹਾ ਤੇ ਵਧੀਆ ਫਰਸਟ ਕਲਾਸ ਜਦੋਂ ਆਪਾਂ ਉਹਨਾਂ ਨਾਲ ਬਿਸਰਦੇ ਹਾਂ ਨਾ ਫੇਰ ਹੀ ਪਤਾ ਲੱਗਦਾ ਬਾਹਰ ਦੇ ਵਿੱਚੋਂ ਗੱਲਾਂ ਕਰਨੀ ਉਹ ਸੋਖੇ ਆ ਜੀ ਐਦਾਂ ਕਰਕੇ ਐਦਾਂ ਕਰ ਲਓ ਐਦਾਂ ਕਰਕੇ ਐਦਾਂ ਕਰ ਲਓ ਪਰ ਲੋਕੀ ਇਸ ਚੀਜ਼ ਨੂੰ ਮੰਨਦੇ ਨਹੀਂ ਕਿਉਂ ਜਿਹੜੀ ਮੇਰੀ ਈਗੋ ਆ ਜਿਹੜੀ ਮੇਰੇ ਅੰਦਰ ਦੀ ਈਗੋ ਨਾ ਉਹ ਈਗੋ ਇਹੋ ਜੀ ਆ ਮੈਂ ਛੋਟੇ ਜਿਹੇ ਉਦਾਹਰਣ ਲੈਣਾ ਵੀ ਮੈਂ ਆਪਣੇ ਬੱਚੇ ਨੂੰ ਕਰਿਆਨੀ ਦੁਕਾਨ ਤੇ ਵੇਚਦਾ ਕਰੀਆਨੀ ਦੁਕਾਨ ਤੇ ਭੇਜਦਾ ਤੇ ਉਹ ਬੱਚਾ ਕੀ ਸੋਚਦਾ ਪਹਿਲਾ ਕੰਮ ਨਹੀਂ ਕਰ ਰਿਹਾ ਬੱਚਾ ਉਹਨੂੰ ਆਪਾਂ ਕਹਿੰਨੇ ਆ ਲੈ ਬਟਾ 5 ਰੁਪਏ ਦੇ 10 ਰੁਪਏ ਤੂੰ ਆ ਚੀਜ਼ ਲਿਆ ਕਿਉਂ ਆਪਾਂ ਉਹਨੂੰ ਰਿਸ਼ਵਤ ਦਿੱਤੀ ਬੱਚੇ ਨੂੰ ਬੱਚਾ ਚੱਲਾ ਗਿਆ ਸਮਾਨ ਲੈਣ ਜਦੋਂ ਉਸ ਕਰਿਆਨੀ ਦੁਕਾਨ ਤੇ ਜਾਂਦਾ ਵਾ ਜਾਣ ਤੋਂ ਬਾਅਦ ਕਰਿਆਨੇ ਵਾਲਾ ਕੀ ਸੋਚਦਾ ਵੀ ਬੱਚਾ ਆਇਆ 10 ਰੁਪਏ ਦੀ ਚੀਜ਼ 8 ਰੁਪਏ ਦੇ ਦਵਾਂ ਉਹਨਾਂ ਨੇ ਉੱਥੇ ਕ੍ਰਾਪਸ਼ਨ ਕਰ ਦਿੱਤੀ ਮਤਲਬ ਕਿ ਸਿਸਟਮ ਉੱਥੋਂ ਸ਼ੁਰੂ ਹੋ ਜਾਂਦਾ ਫਿਰ ਉਸ ਤੋਂ ਬਾਅਦ ਅਸੀਂ ਵਿਕਲ ਲੈ ਦਿੰਨੇ ਆ ਬੱਚਿਆਂ ਨੂੰ ਬੱਚੇ ਸਕੂਲ ਜਾਂਦੇ ਆ ਸਕੂਲ ਦੇ ਵਿੱਚ ਕੀ ਸਿਸਟਮ ਕੀ ਆ ਜੇ ਬੱਚਾ ਕਮਜ਼ੋਰ ਆ ਜਿਹੜੀ ਉੱਥੇ ਦੇ ਟੀਚਰ ਆ ਜਾਂ ਕੋਈ ਸਕੂਲ ਮੈਨੇਜਮੈਂਟ ਆ ਉਹ ਪਤਾ ਕੀ ਕਰਦਾ ਉਹਨੂੰ ਗਰੂਪਰ ਖਾ ਦਿੰਦਾ ਜੀ ਤੇ ਮਾਂ ਬਾਪ ਦੋਤੇ ਬਟਨ ਪਾ ਦਿੰਦਾ ਵੀ ਤੁਸੀਂ ਇਹਦੀ ਗਰੁੱਪ ਦੀ ਫੀਸ ਕਰੋ ਜੀ ਤੁਹਾਡਾ ਬੱਚਾ ਪਾਸ ਹੋ ਜਾਊਗਾ ਵੀ ਜੇ ਸਕੂਲ ਹੀ ਉਹਨੂੰ ਸਿਸਟਮ ਦੇ ਵਿੱਚ ਲੈ ਕੇ ਆਣ ਤੇ ਸਕੂਲ ਦੇ ਵਿੱਚ ਹੀ ਬੱਚਾ ਪੜ੍ਹ ਕੇ ਵਧੀਆ ਅੱਛਾ ਅਫਸਰ ਬਣ ਸਕਦਾ ਉਸ ਤੋਂ ਬਾਅਦ ਵਹੀਕਲ ਲੈਤਾ ਵਹੀਕਲ ਦੀ ਅਸੀਂ ਇੰਸ਼ੋਰੈਂਸ ਨਹੀਂ ਕਰਾਂਦੇ ਅਸੀਂ ਇੱਕ ਅੱਛੇ ਕੋਈ ਵੀ ਜਿਹਦੇ ਨਾਲ ਸਾਡੀ ਅਪਰੋਚ ਆ ਮੈਂ ਇੱਥੋਂ ਗੱਲ ਕੱਟਕਦਾ ਅੱਜ ਦੇ ਟਾਈਮ 'ਚ ਕੀ ਹੈ ਜੀ ਮੇਰੇ ਬ੍ਰਦਰ ਜੇ ਤਾਂ ਉਹ ਛੋਟਾ ਜਿਹਾ ਕੰਮ ਕਰਦਾ ਮੈਂ ਕਦੇ ਜਿਗਰ ਨਹੀਂ ਕਰੂੰਗਾ ਵੀ ਮੇਰਾ ਛੋਟਾ ਬ੍ਰਦਰ ਜੀ ਆਹ ਕੰਮ ਕਰਦਾ ਅਗਰ ਮੇਰਾ ਬ੍ਰਦਰ ਡੀਐਸਪੀ ਲੱਗਿਆ ਹੋਇਆ ਮੈਂ ਦੁਨੀਆ ਨੂੰ ਡੰਡੋਰੀ ਪਟੂੰਗਾ ਜੀ ਮੇਰਾ ਬ੍ਰਦਰ ਪੰਜਾਬ ਦੇ ਕਹਿੰਦੇ ਲੋਕਾਂ ਦੇ ਖੂਨ ਵਿੱਚ ਹੈ ਇਹ ਚੀਜ਼ ਤਾਂ ਵੀ ਉਹ ਹੁਣ ਉਹਦਾ ਨਾਮ ਲਵਾਂਗੇ ਹਰ ਇੱਕ ਜਗ੍ਹਾ ਉਹਦਾ ਨਾਮ ਲਵਾਂਗੇ ਕਿਉਂਕਿ ਮੈਂ ਆਪਣੀ ਪਾਵਰ ਦਿਖਾਣੀ ਚਾਹੁੰਦਾ ਵੀ ਮੇਰੀ ਪਾਵਰ ਹੈ ਜੇ ਕਿਤੇ ਕੋਈ ਗੱਲ ਹੁੰਦੀ ਹੈ ਮੈਂ ਤੈਨੂੰ ਦੇਖ ਲੂੰਗਾ ਇਹ ਸ਼ਬਦ ਕਿਉਂ ਯੂਜ਼ ਕਰਦੇ ਨੇ ਬਾਹਰਲੀ ਕੰਟਰੀਆਂ ਦੇ ਉਦਾਹਰਣ ਦਿੰਦੇ ਆ ਕੈਨੇਡਾ ਬੱਚੇ ਸਾਡੇ ਅੱਜ ਦੇ ਟਾਈਮ ਕੈਨੇਡਾ ਭੱਜਦੇ ਨੇ ਕਿਉਂਕਿ ਸਾਡੇ ਕੋਲ ਇੱਥੇ ਨਾ ਤਾਂ ਜਿਹੜੇ ਉੱਪਰ ਉੱਚ ਉੱਚ ਅਧਿਕਾਰੀ ਬੈਠੇ ਨੇ ਉਹ ਜਾਂ ਦੂਜੇ ਬੈਠੇ ਨੇ ਉਹਨਾਂ ਨੇ ਇਸ ਚੀਜ਼ ਨੂੰ ਮੈਟਰ ਤੋਂ ਸੋਚਿਆ ਨਹੀਂ ਵੀ ਆਪਾਂ ਜੋਬ ਦੇਈਏ ਪਹਿਲੀ ਗੱਲ ਹੁਣ ਚਲੋ ਸਰਕਾਰਾਂ ਨੇ ਕਹਿੰਦੇ ਆ ਵੀ 1000 ਰੁਪਿਆ ਦੇ ਦਿਓ ਬਿਲਕੁਲ ਠੀਕ ਹੈ ਜੀ ਫਿਰ ਕਿਸੇ ਨੇ ਉਹ ਕਹਿੰਦਾ 2000 ਰੁਪਿਆ ਦੇ ਦਿਓ ਵੀ ਸਾਡੀ ਜਿਹੜੀ ਨਾਰੀ ਪੰਜਾਬ ਦੀ ਨਾਰੀ ਹੈ ਜੇ ਕੋਈ ਉਹ ਇੰਨੀ ਅਬਲਾ ਤਾਂ ਨਹੀਂ ਆ ਵੀ 2000 ਰੁਪਏ 2 ਰੁਪਏ 2000 ਰੁਪਏ ਦੇ ਨਾਲ ਵੀ ਉਹਦਾ ਤਕਰੀਬਨ ਮਹੀਨਾ ਚੱਲੂਗਾ ਜੀ ਨਹੀਂ ਚੱਲਦਾ ਆਪਾਂ ਇਹ ਜੀ ਕਿਉਂ ਕਰੀਆ ਆਪਾਂ ਇਹ ਜੇ ਸਿਸਟਮ ਦਿਓ ਜਿਹਦੇ ਨਾਲ ਉਹਦਾ ਰੋਜ਼ਗਾਰ ਉਹਨੂੰ ਰੋਜ਼ਗਾਰ ਮਿਲੇ ਉਹ 25000 30000 ਰੁਪਏ ਮਹੀਨਾ ਕਮਾਵੇ ਇਹ ਚੀਜ਼ ਹੋਗੇ ਫਿਰ ਮੈਂ ਗੱਲ ਹੁਣ ਇੱਥੋਂ ਤੁਸੀਂ ਦੂਜੇ ਪਾਸੇ ਲੈ ਕੇ ਜਾਂਦਾ ਟ੍ਰੈਫਿਕ ਤੇ ਜਦੋਂ ਆਪਾਂ ਗੱਲ ਕੀਤੀ ਵੀ ਇੰਸ਼ੋਰੈਂਸ ਨਹੀਂ ਲੈਂਦੇ ਫਿਰ ਅਸੀਂ ਅਪਰੋਚ ਲੈ ਲੈਨੇ ਆ ਵੀ ਜਦੋਂ ਕਿਤੇ ਫੜੇਗੇ ਵੀ ਮੇਰਾ ਤਾਇਆ ਜੀ ਮੇਰਾ ਚਾਚਾ ਥਾਣੇਦਾਰ ਆ ਆ ਗੱਲ ਕਰਿਓ ਜੀ ਉੱਪਰ ਥਾਣੇਦਾਰ ਵਿਚਾਰਾ ਇਹਨਾਂ ਦੀ ਜਿਹੜੇ ਸਾਡੇ ਰਿਸ਼ਤੇ ਰੋਂ ਨੇ ਦਲੀਲਾਂ ਤੇ ਰਹਿ ਜਾਂਦਾ ਫਿਰ ਉਸ ਤੋਂ ਬਾਅਦ ਅਸੀਂ ਰੋਡ ਤੇ ਤੁਰ ਪਏ ਸਰਕਾਰ ਨੇ ਰੈੱਡ ਲਾਈਟ ਕ੍ਰੋਸਿੰਗ ਰੱਖੀਆਂ ਹੋਈਆਂ ਨੇ ਸਾਡਾ ਈਗੋ ਕੀ ਆ ਗਲਤ ਕੀ ਆ ਵੀ ਰੈੱਡ ਲਾਈਟ ਕ੍ਰੋਸ ਕਰਨਾ ਸਾਡਾ ਈਗੋ ਆ ਉਹ ਲੋੜ ਕੋਈ ਗੱਲ ਨਹੀਂ ਕੱਢਦੇ ਕੱਢਦੇ ਤੇ ਜੇ ਹਰੀ ਬੱਤੀ ਅਸੀਂ ਕ੍ਰੋਸ ਜੇ ਹਰੀ ਬੱਤੀ ਅਸੀਂ ਕ੍ਰੋਸ ਕਰ ਰਹੇ ਹਾਂ ਜੇ ਕੋਈ ਦੂਸਰੇ ਨੇ ਕਰ ਲਿਆ ਉਹਨੂੰ ਅਸੀਂ ਗਾਲਾਂ ਕੱਢਦੇ ਆ ਤੈਨੂੰ ਦਿਸਦਾ ਨਹੀਂ ਹਰੀ ਬੱਤੀ ਹੋਈ ਹੈ ਲਾਈਟ ਹੋਈ ਹੋਈ ਹੈ ਇਹ ਚੀਜ਼ਾਂ ਨਾ ਆਪਣੇ ਆਪ ਨੂੰ ਇਦਾਂ ਨਹੀਂ ਸੁਧਰਨੀ ਹੈ ਜੀ ਮੈਂ ਛੋਟੀ ਜਿਹੀ ਤੁਹਾਨੂੰ ਇੱਥੇ ਦੱਸ ਦਾਂ ਛੋਟੀ ਜਿਹੀ ਟਿੱਪਣੀ ਮੇਰੇ ਸ਼ੁਭਚਿੰਤਕ ਸਾਡੇ ਕੋਲ ਏਸੀਪੀ ਟ੍ਰੈਫਿਕ ਰਹਿ ਕੇ ਗਿਆ ਗੁਰਦੇਵ ਸਿੰਘ ਠੀਕ ਹੈ ਵੀ ਉਹਨਾਂ ਨਾਲ ਮੈਂ ਕਾਫੀ ਦਿਨ ਬਿਸਰੇ ਉਹਨਾਂ ਨੇ ਕਈ ਵਾਰੀ ਸਾਡਾ ਵਿਚਾਰ ਨਮਸ਼ ਹੋਇਆ ਉਹਦੇ ਵਿੱਚ ਅਸੀਂ ਕਈ ਕਿਹਾ ਵੀ ਜਿਹੜਾ ਸਾਡਾ ਪੰਜਾਬ ਹੈ ਨਾ ਇਹ ਥੋੜਾ ਗੁਰਮੁਖੀ ਹੈ ਦਿਆਲੂ ਤੇ ਗੁਰਮੁਖੀ ਹੈ ਮੈਂ ਉਹਨਾਂ ਨੂੰ ਇੱਕ ਵਾਰੀ ਏਦੇ ਅਸੀਂ ਬੈਠੇ ਦੋਨੇ ਡਿਸਕਸ਼ਨ ਕਰ ਰਹੇ ਸੀ ਤੇ ਮੈਂ ਗੁਰਦੇਵ ਸਾਹਿਬ ਨੂੰ ਕਿਹਾ ਮੈਂ ਗੁਰਦੇਵ ਸਾਹਿਬ ਕਿੱਦਾਂ ਕਰੀ ਉਹ ਕਹਿੰਦੇ ਯਾਰ ਆਪਾਂ ਦੋਨੋਂ ਵਿਚਾਰ ਨਮਸ਼ ਕੀਤਾ ਵੀ ਜਿੰਨੇ ਵੀ ਸਾਡੇ ਪੰਜਾਬ ਚ ਡੇਰੇ ਆ ਪਹਿਲੇ ਨੰਬਰ ਤੇ ਰਾਧਾ ਸਵਾਮੀ ਡੇਰਾ ਸੱਚਾ ਆਸ਼ਰਮ ਤਨ ਤਨ ਸਤਗੁਰੂ ਉਹਨਾਂ ਦਾ ਫਿਰ ਉਸ ਤੋਂ ਬਾਅਦ ਰਾਮ ਸ਼ਰਨਮ ਦਾ ਫਿਰ ਅਸ਼ਰਮ ਬਾਪੂ ਦਾ ਮਤਲਬ ਕਿ ਬਹੁਤ ਡੇਰੇ ਆ ਵੀ ਉਹਨਾਂ ਦੇ ਮੁਖੀਆਂ ਨੂੰ ਮਿਲਿਆ ਜਾਵੇ ਸੁਝਾਓ ਕਿ ਜਿਹੜੀ ਮੇਰਾ ਆਪਣਾ ਵਿਚਾਰ ਉਹਨਾਂ ਦੇ ਮੁਖੀਆਂ ਨੂੰ ਮਿਲਿਆ ਜਾਵੇ ਉਹਨਾਂ ਨੂੰ ਇਨਸਟ੍ਰਕਸ਼ਨ ਦਿੱਤੀ ਜਾਵੇ ਵੀ ਸਰ ਤੁਹਾਡੇ ਮੂਰੇ ਬੇਨਤੀ ਆ ਇਹ ਟ੍ਰੈਫਿਕ ਜਿਹੜੇ ਪ੍ਰਸ਼ਾਸਨ ਨੇ ਜਿਹੜੇ ਕਾਨੂੰਨ ਬਣਾਏ ਇਹਨਾਂ ਨੂੰ ਨਹੀਂ ਮੰਨਦੇ ਇਹ ਤੁਹਾਡੇ ਹੀ ਭਾਸ਼ਾ ਮੰਨਣਗੇ ਜੇ ਉਹ ਸੰਤ ਪ੍ਰਵਚਨ ਦੇਣਗੇ ਮੈਂ ਜਿੱਥੇ ਤੱਕ ਮੈਨੂੰ ਵੀ ਜੇ ਸੰਤ ਪ੍ਰਵਚਨ ਦੇਣਗੇ ਤੇ ਮੇਰਾ ਜਿੱਥੇ ਤੱਕ ਵੀ ਐਕਸੀਡੈਂਟ ਵੀ ਕਮ ਹੋ ਜਾਣਗੇ ਮਰਨੇ ਵੀ ਬੰਦੇ ਘੱਟ ਹੋ ਜਾਣਗੇ ਔਰ ਚਾਹੇ ਜਿੱਥੇ ਰੈੱਡ ਲਾਈਟ ਕ੍ਰੋਸਿੰਗ ਹੈ ਉੱਥੇ ਰੈੱਡ ਲਾਈਟ ਹੋਗੀ ਤੇ ਖਟਨ ਵੀ ਲੱਗ ਜਾਣਗੇ ਜੀ ਕਿਉਂ ਮੈਂ ਜਿੱਥੇ ਤੱਕ ਮੇਰੀ ਭਾਵਨਾ ਫਿਰ ਉਸ ਤੋਂ ਬਾਅਦ ਜਿਵੇਂ ਕਾਉਂਸਲਰ ਦੇ ਇਲੈਕਸ਼ਨ ਆnde ਹੁਣ ਆਪਾਂ ਲੈ ਜਾ ਬਿਲਕੁਲ ਜੇ ਇਲੈਕਸ਼ਨ ਆ ਰਹੇ ਨੇ ਮੈਂ ਇਸ ਤੇ ਜਾਨਣਾ ਚਾਹਾਂਗੀ ਕੀ ਕਾਉਂਸਲਰ ਦੇ ਇਲੈਕਸ਼ਨ ਆ ਰਹੇ ਨੇ ਕਿ ਤੁਸੀਂ ਤਾਂ ਸਮਾਜ ਦੇ ਵਿੱਚ ਵਿਚਰਦੇ ਹੋ ਕਿਹੋ ਜਿਹਾ ਪਹਿਲਾਂ ਦੱਸੋ ਲੋਕਾਂ ਦੀਆਂ ਕੀ ਸ਼ਿਕਾਇਤਾਂ ਨੇ ਕੀ ਭਾਲਦੇ ਨੇ ਉਹ ਕਿ ਸਰਕਾਰ ਅਸੀਂ ਜਾਣਦੇ ਹਾਂ ਜੀ ਉੱਥੇ ਸਾਨੂੰ ਕੋਈ ਮਿਲਦਾ ਨਹੀਂ ਲਾਰੇ ਲਾ ਦਿੰਦੇ ਨੇ ਇੰਨੇ ਦਿਨਾਂ ਬਾਅਦ ਆਓ ਉਦੋਂ ਮਿਲੋਣਗੇ ਕੀ ਲੱਗਦਾ ਕਿ ਕੀ ਕਿੱਥੇ ਕਮੀ ਕਿੱਥੇ ਹੈ ਕਮੀ ਦਾ ਪਤਾ ਕੀ ਚੀਜ਼ ਕੀ ਹੈ ਜੀ ਦੇਖੋ ਮੈਂ ਕਾਉਂਸਲਰ ਦੇ ਇਲੈਕਸ਼ਨ ਲੈਣਾ ਮੁੱਦਾ ਮੈਨੂੰ ਪਤਾ ਹੁੰਦਾ ਕਾਉਂਸਲਰ ਦਾ ਕੰਮ ਹੁੰਦਾ ਰੋਡ ਸਟੇਟ ਲਾਈਟ ਸੀਵਰੇਜ ਵਾਟਰ ਸਪਲਾਈ ਜਾਂ ਲੋਕਾਂ ਦੀ ਜਿਹੜੀ ਆਪਣੇ ਵਾਰਡ ਦੀ ਸਮੱਸਿਆ ਉਹਨੂੰ ਸੁਣਨਾ ਪਰ ਉਹ ਤੁਹ ਕੋ ਸੁਣੀ ਨਹੀਂ ਜਾਂਦੀ ਸੁਣੀ ਕਿਉਂ ਨਹੀਂ ਜਾਂਦੀ ਉਸ ਤੋਂ ਪਟਕ ਜਾਂਦਾ ਛੋਟੇ ਜਿ ਮੈਂ ਛੋਟੇ ਜੀ ਗੱਲ ਕਰਾਂ ਤੁਸੀਂ अर्ਲੀ ਮਾਰਨਿੰਗ ਜਲਦੀ ਉਠੋ ਤੁਹਾਡਾ ਜਿਹੜਾ ਕਾਉਂਸਲਰ ਮੇਜ ਬਾਈਦੀਬੇ ਪ੍ਰਮਾਤਮਾ ਨੇ ਫਿਰ ਇੱਕ ਨੰਬਰ ਦੋ ਤੇ ਪਤਾ ਕੀ ਚੀਜ਼ ਹੁੰਦਾ ਜਿਹੜਾ ਲੀਡਰ ਹੈ ਜਿਹੜਾ ਇੱਕ ਪ੍ਰੋਫੈਸ਼ਨਲ ਦਾ ਬੰਦਾ ਦੂਜੇ ਪ੍ਰੋਫੈਸ਼ਨਲ ਦਾ ਬੰਦਾ ਉਹ ਹਮੇਸ਼ਾ ਇਹ ਐਂਟੀ ਚੱਲੂਗਾ ਚਾਹੇ ਮੈਂ ਜਿੰਨਾ ਮਰਜੀ ਸਮਾਜ ਦੇ ਵਿੱਚ ਵਧੀਆ ਕੰਮ ਕਰਾਂ ਠੀਕ ਹੈ ਜੀ ਜਿੰਨਾ ਮਰਜੀ ਕਰਾਂ ਜੇ ਬਾਈਦੀਬੇ ਮੈਂ ਛੋਟੇ ਜੀ ਹੁਣ ਅੱਜ ਦੇ ਟਾਈਮ ਸਮਾਜ ਸੇਵਕਾਂ ਕੋਈ ਅਦਰ ਸਮਾਜ ਸੇਵਕ ਹੋਗਾ ਨਾ ਉਹ ਮੈਨੂੰ ਇਹ ਫੈਸਲੇ ਕਰਾਂਦੇ ਆ ਪੈਸੇ ਕਰਾਂਦੇ ਪਰ ਜਿਹਦਾ ਕੰਮ ਹੋਇਆ ਹੁੰਦਾ ਮੇਰਾ ਨਾਮ ਜਿਵੇਂ ਮੋਤੀ ਪਨੋੜ ਤੁਸੀਂ ਦੱਸਿਆ ਵੀ ਮੈਂ ਸਿਵਲ ਸਿਟੀ ਵਾਲੇ ਪਾਸੇ ਰਹਿਣਾ ਮੇਰੀ ਸ਼ਬੀ ਹੈ ਜੀ ਮੇਰੇ ਕੋਲ ਜਿਹੜਾ ਮੇਰੀ ਦਲੀਜ਼ ਤੇ ਅੰਦਰ ਚੜ ਜਾਂਦਾ ਮੈਂ ਉਹਦਾ ਕੰਮ ਕਰਦਾ ਚਾਹੇ ਉਹ ਉਹਦੇ ਵੱਲੋਂ ਲੀਗਲ ਹੈ ਚਾਹੇ ਅਨਲੀਗਲ ਹੈ ਮੈਂ ਉਹਦੀ ਸਪੋਰਟ ਜਿੱਦਾਂ ਹੁੰਦੀ ਵੀ ਕੋਸ਼ਿਸ਼ ਇਹ ਕਰਦਾ ਹੁੰਦਾ ਵੀ ਜੇ ਉਹਦੀ ਗੱਲ ਸੁਣ ਕੇ ਜੇ ਤਾਂ ਅਨਲੀਗਲ ਹੋਂ ਸਮਝਾਂਦੀ ਕਰਾਂ ਵੀ ਤੁਸੀਂ ਇੱਥੇ ਗਲਤ ਹੋ ਤੁਸੀਂ ਮਾਫੀ ਮੰਗ ਲਓ ਤੇ ਜੇ ਐਦਾਂ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਕੀ ਚੀਜ਼ ਕੀਤੀ ਹੈ ਸਮਾਜ ਦੇ ਵਿੱਚ ਐਂਟੀ ਤਾਂ ਜਿਹੜੇ ਦੂਜੇ ਸਮਾਜਿਕ ਉਹਨਾਂ ਨੇ ਮੇਰੇ ਤੋਂ ਉਂਗਲੀ ਚੱਕਣੀ ਚੱਕਣੀ ਜੀ ਪਰ ਇਹ ਜ਼ਰੂਰੀ ਵੀ ਹੈ ਇਹ ਇਸ ਕਰਕੇ ਜ਼ਰੂਰੀ ਹੈ ਅਗਰ ਮੈਂ ਚੰਗੇ ਕੰਮ ਕਰੀ ਜਾਊਂਗਾ ਮੈਨੂੰ ਪਤਾ ਹੀ ਨਹੀਂ ਲੱਗਣਾ ਵੀ ਇਹਦੇ ਵਿੱਚ ਮਾੜਾ ਕੰਮ ਕੀ ਆ ਇੱਕ ਅੱਧਾ ਬੰਦਾ ਇਹੋ ਜਿਹਾ ਹੋਣਾ ਚਾਹੀਦਾ ਉਹ ਤੇ ਫਿਰ ਫਿਰ ਕੀ ਚੀਜ਼ ਜਿਹੜੇ ਵਿਕਾਸੀ ਮੁੱਦੇ ਆ ਜਦੋਂ ਤੁਸੀਂ ਸਟਾਰਟਿੰਗ ਸੌ ਚੱਕ ਲਈ ਕਾਉਂਸਲਰ ਬਣ ਗਏ ਕਾਉਂਸਲਰ ਬਣ ਕੇ ਤੁਸੀਂ ਆਪਣੇ ਏਰੀਆ 'ਚ ਘੁੰਮੋ ਮਾਰਨਿੰਗ ਟਾਈਮ ਸਵੇਰੇ ਮਾਰਨਿੰਗ ਟਾਈਮ ਜਲਦੀ ਉੱਠੋ 5 ਵਜੇ 4 ਵਜੇ ਉੱਠੋ 4:30 ਵਜੇ ਉੱਠੋ 5 ਵਜੇ ਤੁਸੀਂ ਆਪਣੇ ਏਰੀਆ 'ਚ ਘ ਨਾਲੇ ਤਾਂ ਤੁਹਾਡੀ ਜੋਗਿੰਗ ਹੋ ਗਈ ਨਾਲੇ ਤੁਹਾਡਾ ਸਿਸਟਮ ਤੁਹਾਨੂੰ ਪਤਾ ਲੱਗੇ ਵੀ ਤੁਹਾਡੇ ਏਰੀਆ ਦੇ ਵਿੱਚ ਕੀ ਕੀ ਹੋ ਰਿਹਾ ਜੀ ਪ੍ਰੋਟੋਕੋਲ ਕੀ ਚੀਜ਼ ਹੁੰਦੀ ਹੈ ਅੱਜ ਕੱਲ ਤਾਂ ਬਿਜ਼ੀ ਬਹੁਤ ਨੇ ਸਾਰੇ ਦੇਖੋ ਜੀ ਇਲੈਕਸ਼ਨ ਦਾ ਦੌਰ ਹੈ ਵੀ ਜਦੋਂ ਨੈਚੁਰਲੀ ਹੋਣਾ ਹੀ ਹੋਣਾ ਜੀ ਕਿਉਂ ਹਰ ਇੱਕ ਪਾਰਟੀ ਦਾ ਬੰਦਾ ਹਰ ਇੱਕ ਪਾਰਟੀ ਇਹਨੂੰ ਆਪਣੇ ਆਪ ਨੂੰ ਅਨਾਉਂਸ ਕਰਨ ਲੱਗਾ ਹੋਇਆ ਮੈਂ ਸੋਨੇ ਦਾ ਮੈਂ ਦੁੱਧ ਦਾ ਤੋਤਾ ਹਾਂ ਠੀਕ ਹੈ ਜੀ ਤੇ ਉਹ ਤਾਂ ਪਤਾ ਬਾਅਦ ਚੋਂ ਹੀ ਲੱਗਦਾ ਜੀ ਵੀ ਕੌਣ ਹੈ ਉਹ ਇਦਾਂ ਦੀ ਜੀ ਨਹੀਂ ਆ ਬੀ ਅਸੀਂ ਨਾਰਥ ਕੌਂਸੀ ਜੀ ਸਾਡੇ ਕੈਂਡੀਡੇਟ ਕੀ ਕਹਿੰਦੇ ਬਹੁਤ ਇਮਾਨਦਾਰ ਸ਼ਵੀ ਦੇ ਆ ਬਹੁਤ ਵਧੀਆ ਕੰਮ ਕਰਨ ਵਾਲੇ ਆ ਤੁਹਾਡੇ ਅਕੋਰਡਿੰਗ ਵਿਕਾਸ ਜਿਹੜਾ ਮੈਂ ਕਹਾਂਗੀ ਤੁਹਾਡੀ ਉਮਰ ਕਿੰਨੀ ਹੋ ਗਈ ਅੱਜ 52 ਸਾਲ ਹੋ ਗਏ ਜੀ ਮੇਰੀ ਉਹ 52 ਸਾਲ ਹੋ ਗਏ ਬੜੀ ਸਾਰੀਆਂ ਪਾਰਟੀਆਂ ਆਈਆਂ ਗਈਆਂ ਗਲੀਆਂ ਨਾਲੀ ਇਹ ਸੀਵਰੇਜ ਇਹਨਾਂ ਦੇ ਬਾਰੇ ਹੀ ਗੱਲਾਂ ਹੁੰਦੀਆਂ ਨੇ ਤੁਹਾਡੀ ਨਿਗਾ ਵਿੱਚ ਅਸਲੀ ਵਿਕਾਸ ਜਿਹੜਾ ਮੈਂ ਕਹਾਂਗੀ ਕਿਹੜਾ ਹੈ ਮੈਂ ਛੱਡਣ ਦਿੰਦਾ ਪਤਾ ਕੀ ਜੀ ਸਭ ਨੂੰ ਪਹਿਲਾਂ ਤਾਂ ਰੋਜ਼ਗਾਰ ਦੇ ਦਿਓ ਤੁਸੀਂ ਘਰ ਜ ਕੋਈ ਵੀ ਬੰਦਾ ਨੂੰ ਰੋਜ਼ਗਾਰ ਦਿਓ ਉਹ ਜਦੋਂ ਅੱਜ ਦੇ ਟਾਈਮ 'ਚ ਨਾ ਪਤਾ ਕੀ ਚੀਜ਼ ਆ 20000 ਜਾਂ 25000 ਰੁਪਈਆ ਕੋਈ ਬੱਚਾ ਕਮਾਉਣ ਲੱਗ ਗਿਆ ਨਾ ਉਹਨੂੰ ਇੱਕ ਸੁੱਖ ਦਾ ਸਾਹ ਆਂਦਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਜਿਹੜੇ ਸਾਡੇ ਡਿਪਾਰਟਮੈਂਟ ਨੇ ਅਜੇ ਫੂਡ ਸਪਲਾਈ ਜਾਂ ਅਦਰ ਪਰਸਨ ਹੋਰ ਡਿਪਾਰਟਮੈਂਟ ਬਣਾਇਆ ਉਹਨਾਂ ਨੂੰ ਇੰਨਾ ਸਟਿਕ ਬਣਾ ਦਿਓ ਵੀ ਮਾਰਕੀਟ ਦੇ ਵਿੱਚ ਖਾਣਾ ਫਰੈਸ਼ ਕੋਈ ਐਦਾਂ ਡੁਪਲੀਕੇਸੀ ਨਾ ਮਿਲੇ ਨੰਬਰ 2 ਜਿਹੜਾ ਸਾਡਾ ਵਾਤਾਵਰਨ ਉਹਦੇ ਉੱਤੇ ਤੁਸੀਂ ਸਰਚਿੰਗ ਕਰੋ ਜਿੰਨੇ ਵੀ ਪਾਰਟੀਆਂ ਹੁੰਦੀਆਂ ਕੋਈ ਵਾਤਾਵਰਣ ਤੇ ਬੋਲਦੀ ਨਹੀਂ ਜਦੋਂ ਉਹਨਾਂ ਨੂੰ ਗੱਲ ਕਰੋ ਸਾਡਾ ਪ੍ਰਦੂਸ਼ਣ ਬੋਰਡ ਹੈਗਾ ਜੀ ਉਹ ਦੇਖੂਗਾ ਪਰ ਇਹ ਨਹੀਂ ਬੋਲਦੇ ਕਿਉਂ ਜੇ ਵਾਤਾਵਰਣ ਸਾਫ਼ ਹੈ ਖਾਣਾ ਪੀਣਾ ਸਾਫ਼ ਹੈ ਮੈਨੂੰ ਨਹੀਂ ਲੱਗਦਾ ਸਾਨੂੰ ਹਸਪਤਾਲ ਜਾਣਾ ਪਊਗਾ ਜੀ ਠੀਕ ਹੈ ਜੀ ਇਹ ਸਾਨੂੰ ਨਹੀਂ ਲੱਗਦਾ ਮੈਨੂੰ ਨਹੀਂ ਲੱਗਦਾ ਵੀ ਹਸਪਤਾਲ ਜਾਣਾ ਪਊਗਾ ਇਹ ਚੀਜ਼ਾਂ ਨੂੰ ਦੇਖਦੇ ਹੋਏ ਮਤਲਬ ਕਿ ਸਰਕਾਰਾਂ ਨੂੰ ਉਹ ਮੈਨੀਫੈਸਟੋ ਬਣਾਉਣਾ ਚਾਹੀਦਾ ਜਿਹਦੇ ਵਿੱਚ ਸਾਡੀ ਹਿੱਤ ਛਾਟੇ ਹੁਣ ਕਹਿ ਦਿੰਦੇ ਆ ਪਰ ਮੈਨੂੰ ਨਹੀਂ ਨਜ਼ਰ ਕਿਤੇ ਉਹ ਮੋਨੋਫਾਸਟ ਜਿੱਤਣ ਤੋਂ ਬਾਅਦ ਨਹੀਂ ਦਿਸਦਾ ਕਿਤੇ ਹਾਂ ਇਹ ਨਹੀਂ ਜਿੱਤਦਾ ਬਸ ਫਿਰ ਆਪਣਾ ਹੀ ਦੇਖਦਾ ਵੀ ਮੈਂ ਐਮਐਲਏ ਆ ਮੈਂ ਕਾਉਂਸਲਰ ਆ ਤੇ ਮੈਂ ਐਮਪੀ ਆ ਠੀਕ ਹੈ ਜੀ ਮੇਰੇ ਕੋ ਪੰਜ ਚਾਰ ਗਨਮੈਨ ਹੋਗੇ ਮੇਰੀ ਚੜਾਈ ਹੋਗੀ ਬਸ ਇਹ ਚੀਜ਼ ਤੇ ਰਹਿ ਜਾਂਦਾ ਤੁਹਾਡੀ ਨਿਗਾਹ ਦੇ ਵਿੱਚ ਜੇ ਮੈਂ ਜਾਨਣਾ ਕਿਹੜਾ ਕਿਹੜੀ ਪਾਰਟੀ ਚੰਗੀ ਆ ਜਾਂ ਕਿਹੜਾ ਕੈਂਡੀਡੇਟ ਚੰਗਾ ਕੰਮ ਕਰ ਰਿਹਾ ਦੇਖੋ ਜੀ ਮੈਂ ਕਿਸੇ ਤੇ ਨਹੀਂ ਅਲੀਗੇਸ਼ਨ ਲਾਉਂਗਾ ਉਹ ਕਿਉਂ ਇਸ ਕਰਕੇ ਨਹੀਂ ਲਾਉਂਗਾ ਵੀ ਸਰਕਾਰਾਂ ਜਿਹੜੀ ਸਾਡੀ ਜਿਹੜੀ ਆਮ ਜਨਤਾ ਨਾ ਇੱਕ ਚੀਜ਼ ਤੁਸੀਂ ਹੋਰ ਛੋਟੀ ਜਿਹੀ ਸੁਣੋ ਵੋਟ ਦੇਣ ਵਾਲਾ ਤੇ ਜਿਹਨੂੰ ਵੋਟ ਮਿਲਣੀ ਆ ਜਿਹਨੇ ਵੋਟ ਦਿੱਤੀ ਨਾ ਉਦੋਂ ਉਹਦਾ ਬੈਲੈਂਸ ਦੇਖ ਲਓ ਤੇ ਜਿਹਨੂੰ ਵੋਟ ਮਿਲੀ ਆ ਉਹਦਾ ਬੈਲੈਂਸ ਦੇਖ ਲਓ 5 ਸਾਲਾਂ ਬਾਅਦ ਜਦੋਂ ਜਿਹੜੇ ਵੋਟ ਦੇਣ ਵਾਲਾ ਵਾ ਉਹਦਾ ਬੈਲੈਂਸ ਦੇਖੋ ਫਿਰ ਜਿਹਨੂੰ ਵੋਟ ਦੇਣੀ ਆ ਉਹਦਾ ਬੈਲੈਂਸ ਦੇਖੋ ਤੁਸੀਂ ਉਹਦੇ ਬੈਲੈਂਸ ਕਿੰਨੇ ਤੁਰਲਾ ਹੁੰਦਾ ਜਿਹੜਾ ਵੋਟ ਦੇਣ ਵਾਲਾ ਵਾ ਉਹ ਤਾਂ ਵਿਚਾਰਾ ਉੱਥੇ ਟਿਕਿਆ ਹੋਇਆ ਜਿਹਨੂੰ ਵੋਟ ਮਿਲ ਗਈ ਉਹ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਮੈਨੂੰ ਇੱਥੇ ਵੀ ਡਿਸਟੈਂਸ ਲੱਭਣਾ ਚਾਹੀਦਾ ਨਾ ਵੀ ਇਹ ਕੀ ਚੀਜ਼ ਹੈ ਡਿਸਟੈਂਸ ਫਿਰ ਜਿਹੜਾ ਵੋਟ ਪ ਉਹੀ ਉਸ ਬੰਦੇ ਨੂੰ ਕਾਉਂਸਲਰ ਐਮ ਐਲ ਏ ਐਮ ਪੀ ਬਣਾ ਰਿਆ ਪਰ ਉਹਦੀ ਕਦਰ ਕਿਉਂ ਨਹੀਂ ਮੈਂ ਤਾਂ ਇਹੀ ਚੀਜ਼ ਕਹੂੰਗਾ ਜਿਹੜੇ ਵੀ ਨਮਾਇंदे ਜਿੰਨੇ ਵੀ ਨਮਾਇंदे ਹੈ ਵੀ ਜੀ ਜਿਹੜਾ ਤੁਹਾਡਾ VOTER ਜਿਹੜਾ ਵੀ ਕੋਈ VOTER ਹੈ ਨਾ ਕੰਮ ਇਹ ਜਿਆ ਕਰ ਜੋ ਸਿਰਫ ਤੁਹਾਡੇ ਜੋ ਇੰਨਾ ਕੀ ਪਤਾ ਹੋਵੇ ਵੀ ਤੁਹਾਡੇ ਏਰੀਆ ਚ ਆਣਾ ਵਾ ਤੇ ਲੋਕੀ ਤੁਹਾਡ ਨੂੰ ਦੇਖਣ ਲਈ ਤਰਸ ਜਾਣ ਵੀ ਹਾਂ ਬਈ ਯਾਰ ਉਹਨੂੰ ਬੰਦੇ ਨੂੰ ਪਾ ਦਿਓ ਉਹ ਬੰਦੇ ਨੂੰ ਬੋਟਾ ਕੋਈ ਸਾਡੇ ਤੋਂ ਗਿਆ ਕਿਉਂ ਦੇਖੋ ਮੈਂ ਛੋਟੇ ਜਿਹੇ ਕਰਦੇ ਹਾਂ ਸ਼ੁਰੂ ਪ੍ਰੋਟੋਕਾਲ ਸ਼ੁਰੂ ਕਰਾਂ ਮੋਰਨਿੰਗ ਟਾਈਮ ਕਾਉਂਸਲਰ ਦਾ ਜਾਂ ਐਮਐਲਏ ਦਾ ਮੋਰਨਿੰਗ ਟਾਈਮ ਉੱਥੇ ਵਾਕਿੰਗ ਕੀਤੀ 8 ਵਜੇ ਬ੍ਰੇਕਫਾਸਟ ਕਰੋ 9 ਵਜੇ ਦਫ਼ਤਰ ਆ ਜਾਓ ਦਫ਼ਤਰ ਦਾ ਟਾਈਮ ਠੀਕ ਹੈ ਜੀ 11 12 ਵਜੇ ਤੱਕ ਤਕਰੀਬਨ ਸਾਰੇ ਦਫ਼ਤਰ ਹੁੰਦੇ ਆ ਮਿਸ ਹੈਪਨਿੰਗ ਮੇਰੇ ਏਰੀਆ ਦੇ ਵਿੱਚ ਵੀ ਜਨਮ ਮਨ ਮਰਨ ਬਣਿਆ ਹੋਇਆ ਜੇ ਕਿਸੇ ਦਾ ਕੋਈ ਹੁੰਦਾ ਤੇ ਮੈਨੂੰ ਉੱਥੇ ਜਾਣਾ ਵੀ ਪੈ ਸਕਦਾ ਠੀਕ ਹੈ ਜੀ 11 12 ਵਜੇ ਤੱਕ ਹੋ ਗਿਆ ਉਸ ਤੋਂ ਬਾਅਦ ਤੁਸੀਂ ਫਿਰ ਦਫ਼ਤਰ ਆ ਜਾਓ ਉਸ ਤੋਂ ਬਾਅਦ ਜਿਹੜਾ ਕੀ ਕਹ ਜੇ ਕੋਈ ਐਕਸਪਾਇਰ ਹੋ ਗਿਆ ਉਹਦੀ ਰਸਮ ਕਰਿਆ ਵੀ ਹੁੰਦੀ ਆ ਇੱਕ ਤੋਂ 3 ਤੱਕ ਤਕਰੀਬਨ ਰਸਮ ਕਰਿਆ ਹੁੰਦੀ ਆ ਤੁਸੀਂ ਉਹ ਟਾਈਮ ਰੱਖੋ ਉਸ ਤੋਂ ਬਾਅਦ 3 ਵਜੇ ਤੋਂ 3:30 ਤੁਸੀਂ ਆ ਜਾਓ 5 ਵਜੇ ਤੱਕ 5:30 ਵਜੇ ਤੱਕ ਤੁਸੀਂ ਦਫ਼ਤਰ 'ਚ ਬੈਠੋ ਕਰੋ ਕੰਮ ਠੀਕ ਹੈ ਜਿਹੜੇ ਤੁਹਾਡੇ ਐਸਟੀਮੇਟ ਆ ਤੁਹਾਡੀਆਂ ਕੁਟੇਸ਼ਨਾਂ ਬਣਾਉਣ ਵਾਲੀਆਂ ਤੁਹਾਡਾ ਏਰੀਆ ਦੇ ਜਿਹੜਾ ਕੰਮ ਕਰਨ ਵਾਲੇ ਤੁਸੀਂ ਕਰੋ ਉਹਨੂੰ ਫਿਰ ਉਸ ਤੋਂ ਬਾਅਦ ਤੁਸੀਂ 6 ਵਜੇ ਤੱਕ ਦਫ਼ਤਰ ਬੈਠੋ 6 ਵਜੇ ਜਾ ਕੇ ਤੁਸੀਂ ਆਪਣੇ ਘਰੇ ਜਾਓ ਅੱਧਾ ਘੰਟਾ ਘੰਟਾ ਆਪਣੇ ਘਰ ਰਹਿਣ ਹੁੰਦੇ ਹੋ ਫਿਰ ਉਸ ਤੋਂ ਬਾਅਦ ਜਿਹੜੇ ਰਾਤ ਦੇ ਮਹਾਮਈ ਦੇ ਜਾਗਰਣ ਹੁੰਦੇ ਆ ਕਿਸੇ ਨੇ ਇਨਵਿਟੇਸ਼ਨ ਦਿੱਤਾ ਹੁੰਦਾ ਤੁਸੀਂ ਉਹ اٹੈਂਡ ਕਰੋ ਮਤਲਬ ਕਿ ਜਿਹੜਾ ਟਾਈਮ ਤੁਹਾਨੂੰ ਸੌਣ ਨੂੰ ਦਿੱਤਾ ਤੁਸੀਂ ਸੋਵੋ ਪਰ ਜਿਹੜਾ ਟਾਈਮ ਤੁਹਾਨੂੰ ਜਾਗਣ ਨੂੰ ਦਿੱਤਾ ਸੀ ਪਬਲਿਕ ਲਈ ਆ ਤਾਂ ਪਬਲਿਕ ਦਾ ਕੰਮ ਕਰਦੇ ਹੋ ਮੇਰੀ ਤਾਂ ਇਹੀ ਇੱਕ ਦਿੱਲੀ ਮੇਰੀ ਇਹੀ ਆ ਵੀ ਜੇ ਪਰਮਾਤਮਾ ਵੀ ਸਾਨੂੰ ਐਜੇ ਕਾਉਂਸਲਰ ਟਰਾਈ ਕਰਾਂਗੇ ਜ਼ਰੂਰ ਕਰਾਂਗੇ ਵੀ ਇਹਦੇ ਵਿੱਚ ਆ ਵੀ ਕਾਉਂਸਲਰ ਜੇ ਬਾਈਡ ਦੀ ਵੇਹ ਜੀ ਹੋ ਗਈ ਤੇ ਜਿਹੜੀ ਗੱਲਾਂ ਕਹੀਆਂ ਤੁਹਾਨੂੰ ਇਹ ਤੇ 100% ਖਰੇ ਉਤਰਾਂਗੇ ਇਹ ਨਹੀਂ ਹੋਗਾ ਵੀ ਪਨੋਟ ਰਾਤ ਨੂੰ ਜਿਹੜੀ ਗੱਲ ਕੀਤੀ ਵੀ ਜੇ ਸਵੇਰੇ 4 8 ਵਜੇ ਗਰੇ ਤੇ ਪਨੋਟ ਜਾਈ ਲੈ ਕੇ ਸੁੱਤਾ ਆ ਨਾ ਹੋਰ ਮੈਂ 52 ਸਾਲ ਤਕਰੀਬਨ ਮੇਰੀ ਹੋ ਗਈ ਆ ਉਹ ਵੀ ਸਾਡੇ ਘਰ ਦੇ ਆ ਨੇ ਤਕਰੀਬਨ ਵੀ ਮੇਰਾ ਖਲਵੀ 6 ਵਜੇ ਤੋਂ ਬਾਅਦ ਸਾਡੇ ਘਰੇ ਕੋਈ ਅਸੀਂ ਨੰਦੇ ਨਹੀਂ ਦੇਖਿਆ ਨਾ ਮੇਰੇ ਬੱਚੇ ਤੇ ਨਾ ਸਾਡੇ ਕੋਈ ਮਦਰ ਵੀ ਸਾਡੇ ਉਸ ਤੋਂ ਪਹਿਲਾਂ ਨਹਾ ਲੈਂਦੇ ਅਸੀਂ ਵੀ 5:30 ਵਜੇ ਕਿਉਂ ਬਾਕਰਦੇ ਆ ਬੋਕਰਨ ਤੋਂ ਬਾਅਦ ਆ ਕੇ ਨਹਾ ਕੇ ਤਕਰੀਬਨ 9 ਵਜੇ ਅਸੀਂ ਕਰ ਲਿਆ ਔਰ ਸ਼ਾਮ ਨੂੰ ਅਸੀਂ ਆਪਣੀ ਮਦਰ ਪੂਰੇ ਪਰਿਵਾਰ ਦੇ ਨਾਲ 7:30 ਤੋਂ 8:30 ਵਜੇ ਤੱਕ ਅਸੀਂ ਰੋਟੀ ਖਾਂਦੇ ਆ ਜੀ ਫਿਰ ਉਸ ਤੋਂ ਬਾਅਦ ਸਾਡੀ ਮਦਰ ਜਲਦੀ ਸੌਂਦੇ ਆ ਤੇ ਅਸੀਂ ਆਪਣਾ ਜਿਹੜਾ ਜਿਵੇਂ ਤਕਰੀਬਨ ਵੀ ਅਸੀਂ ਕਿਸੇ ਨੂੰ ਡਿਸਟਰਬਿੰਗ ਨਾ ਤਾਂ ਸਾਰਾ ਤੁਸੀਂ ਬੈਲੈਂਸ ਬਣਾਇਆ ਹੋਇਆ ਕਿ ਸਭ ਨੂੰ ਸਮਾਂ ਦੇਣਾ ਲੋਕਾਂ ਨੂੰ ਲੋਕਾਂ ਵੇਲੇ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਜਿਹੜਾ ਜਿਹਨੂੰ ਦੇਣਾ ਫਿਰ ਨੰਬਰ ਦੋ ਤੇ ਇੱਕ ਹੋਰ ਚੀਜ਼ ਹੈ ਜੇ ਮੈਂ ਕਰ ਰਿਹਾ ਤੇ ਮੈਂ ਕਦੇ ਫੋਨ ਤੇ ਝੋਟ ਨਹੀਂ ਬੋਲਦਾ ਜੀ ਵੀ ਫੋਨ ਜੇ ਕਿਸੇ ਦਾ ਆ ਗਿਆ ਜਿਹੜਾ ਰਾਤ ਨੂੰ 2 ਵਜੇ ਕਹਿੰਦੇ ਹੁਣਾਂ ਕਈ ਹੁੰਦੇ ਸੋਚੋ ਆਫ ਕਰ ਲੈਣਾ ਮੈਂ ਕਹਦਾਂ ਨਹੀਂ ਮੇਰਾ ਨੰਬਰ ਹੈ ਜਦੋਂ ਮਰਜ਼ੀ ਤੁਸੀਂ ਰਾਤ ਨੂੰ 2 ਵਜੇ ਕਰ ਲਓ ਇੱਕ ਜਾਂ 2 ਜਾਂ 3 ਤੀਜੀ ਵੇਲੇ ਵੱਜੂਗੀ ਤੀਜੀ ਫੋਨ ਤੇ ਚੱਕ ਲਾਂਗੇ ਚਾਹੇ ਉਹ ਅਨਨੋਨ ਨੰਬਰ ਹੀ ਹੈ ਮੈਂ ਇਸ ਕਰਕੇ ਕਰਦਾ ਹਾਂ ਨਾ ਪਤਾ ਨਹੀਂ ਜਿਹੜਾ ਮੈਨੂੰ ਫੋਨ ਕਰ ਰਿਹਾ 3 ਵਜੇ 2 ਵਜੇ ਫੋਨ ਕਰ ਰਿਹਾ ਉਹਨੂੰ ਕਿੰਨੀ ਗਰਜ ਹੈ ਜਿਹੜੀ ਮੇਰੀ ਲੋੜ ਪਈ ਹੈ ਤੇ ਇਸ ਕਰਕੇ ਮੈਂ ਫੋਨ ਚੱਕਦਾ ਜੀ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਲਈ ਤਾਂ ਦਰਸ਼ਕੋ ਤੁਸੀਂ ਪੂਰੀ ਗੱਲਬਾਤ ਸੁਣੀ ਪਤਾ ਲੱਗ ਗਿਆ ਹੋਣਾ ਇਲੈਕਸ਼ਨ ਦਾ ਟਾਈਮ ਆ ਸੋਚ ਸਮਝ ਕੇ ਵੋਟ ਪਾਣੀ ਹੈ ਤੇ ਜੋ ਗੱਲਾਂ ਕਈਆਂ ਗਈਆਂ ਨੇ ਸਵਾਲ ਕਰੋ ਉਹਨਾਂ ਨੂੰ ਕਿ ਆਹਾਂ ਚੀਜ਼ਾਂ ਤੇ ਤੁਸੀਂ ਖਰੇ ਉਤਰੋਗੇ ਜਾਂ ਨਹੀਂ ਤਾਂ ਹੀ ਵੋਟ ਪਾਣੀ ਹੈ ਉਮੀਦਾਂ ਤੇ ਖਰੇ ਉਤਰਨਾ ਤੁਹਾਡਾ ਫਰਜ਼ ਆ ਆਤਮਾ ਨੂੰ ਇਸ ਵਾਰ ਵੇਚ ਕੇ ਜਿਹੜੀ ਤੁਸੀਂ ਵੋਟ ਵੀ ਪਾਣੀ ਇਸੇ ਨਾਲ ਬਨੇਰੋ ਪੰਜਾਬ న్యూਸ ਦੇ ਨਾਲ ਧੰਨਵਾਦ